ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ। ਫਤਿਹਗੜ੍ਹ ਸਾਹਿਬ ਪੁਲਿਸ ਨੇ ਕਾਰਾਂ ਵਿੱਚ GPS ਸਿਸਟਮ ਲਗਾ ਕੇ ਅਤੇ ਆਪਣੇ ਫੋਨ ਵਿੱਚ ਇੰਡੀਆ ਟ੍ਰੈਪ ਐਪ ਲਗਾ ਕੇ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਹਿਚਾਣ ਕ੍ਰਿਸ਼ਨ ਕੁਮਾਰ ਅਤੇ ਸੁਸ਼ੀਲ ਕੁਮਾਰ ਦੋਵੇਂ ਵਾਸੀ ਨਵੀਂ ਦਿੱਲੀ ਵਜੋਂ ਹੋਈ ਹੈ। ਇਸ ਸੰਬੰਧੀ ਏਸਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਸਿਰ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਫਤਿਹਗੜ੍ਹ ਸਾਹਿਬ ਤੋਂ ਅਜੀਤ ਵੈਬ ਟੀਵੀ ਲਈ ਜਤਿੰਦਰ ਰਾਠੌਰ ਦੀ ਰਿਪੋਰਟ। ਮਿਤੀ 9/2/18 ਨੂੰ ਪਰਮਿੰਦਰ ਕੁਮਾਰ ਹਨ ਪੁੱਤਰ ਦਾਤਾ ਰਾਮ, ਇਹਨਾਂ ਵੱਲੋਂ ਸਾਡੀ ਸਰਹੰਦ ਚੌਂਕੀ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀਗਾ, ਮੁਕੱਦਮਾ ਨੰਬਰ 18। ਇਹਦੇ ਵਿੱਚ ਇਹਨਾਂ ਦੀ ਇਹ ਸ਼ਿਕਾਇਤ ਸੀਗੀ ਕਿ ਇਹਨਾਂ ਦੀ ਇੱਕ i20 ਗੱਡੀ ਹੈ ਦਿੱਲੀ ਦੇ ਨੰਬਰ ਦੀ, ਉਹ ਚੋਰੀ ਹੋ ਗਈ ਸੀਗੀ। ਅਤੇ ਉਸ ਤੋਂ ਬਾਅਦ ਪੁਲਿਸ ਨੇ ਇਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਅਤੇ ਇਹ ਪਤਾ ਚੱਲਿਆ ਕਿ ਜਿਨ੍ਹਾਂ ਨੇ ਇਹਨਾਂ ਨੂੰ ਗੱਡੀ ਵੇਚੀ ਸੀਗੀ, ਜਿਸ ਕ੍ਰਿਸ਼ਨ ਕੁਮਾਰ ਐਂਡ ਸੁਸ਼ੀਲ ਕੁਮਾਰ, ਉਹਨਾਂ ਵੱਲੋਂ ਹੀ ਇੱਕ GPS ਟਰੈਕਿੰਗ ਮੈਥਡ, ਜਿਹਦੀ ਇੱਕ ਐਪਲੀਕੇਸ਼ਨ ਹੁੰਦੀ ਹੈ ਇੰਡੀਆ ਟਰੈਕ ਐਪ, ਉਹਦੇ ਥਰੂ ਉਹਨਾਂ ਨੇ ਹੀ ਉਹ ਗੱਡੀ ਚੋਰੀ ਕਰ ਲਈ ਸੀਗੀ। ਉਹਨਾਂ ਦਾ ਮੋਡਸ ਅਪਰੈਂਡਾ ਇਹ ਸੀਗਾ ਕਿ ਉਹਨਾਂ ਕੋਲ ਇੱਕ ਚਾਬੀ ਸੀਗੀ ਉਸ ਗੱਡੀ ਦੀ, ਅਤੇ ਗੱਡੀ ਹਜੇ ਇਹਨਾਂ ਦੇ ਨਾਮ 'ਤੇ ਨਹੀਂ ਹੋਈ ਸੀਗੀ, ਅਤੇ ਉਸ ਪੀਰੀਅਡ ਦੇ ਦੌਰਾਨ ਇਹਨਾਂ ਨੇ ਉਹ ਗੱਡੀ ਚੋਰੀ ਕਰ ਲਈ। ਇਹ ਜਿਹੜੇ ਕ੍ਰਿਸ਼ਨ ਕੁਮਾਰ ਐਂਡ ਸੁਸ਼ੀਲ ਕੁਮਾਰ ਨੇ, ਇਹ ਦੋਨੋਂ ਬੰਦੇ ਕ੍ਰਿਮੀਨਲ ਬੈਕਗਰਾਊਂਡ ਦੇ ਨੇ। ਕ੍ਰਿਸ਼ਨ ਕੁਮਾਰ ਦੇ ਉੱਤੇ ਕਰੀਬਨ 6 ਕਾਫੀ ਸੰਗੀਨ ਪਰਚੇ ਦਰਜ ਨੇ ਦਿੱਲੀ ਦੇ ਵਿੱਚ, ਅਤੇ ਜਿਹੜੀ ਇਹਨਾਂ ਨੇ ਗੱਡੀ, ਜਿਸ ਗੱਡੀ i20 ਦੀ ਗੱਲ ਹੋ ਰਹੀ ਸੀਗੀ, ਉਹ ਇਹਨਾਂ ਨੇ ਅੱਗੇ ਦੀ ਅੱਗੇ ਵੇਚੀ ਹੈ ਕਾਫੀ ਸਾਡੇ ਕੋਲ, ਜਿਹੜੀ ਅਸੀਂ ਆਪਣੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਥਰੂ ਪਤਾ ਕੀਤਾ ਹੈ, ਅਤੇ ਉਹ ਅੱਗੇ ਦੀ ਅੱਗੇ ਵੇਚੀ ਗਈ ਹੈ, ਅਤੇ ਅਸੀਂ ਥਰੂ ਲੀਗਲ ਪ੍ਰੋਸੈਸ ਉਹਦੀ ਰਿਕਵਰੀ ਥਰੂ ਕੋਰਟ ਹੁਣ ਕਰਾਂਗੇ। ਜਿਵੇਂ ਪਹਿਲਾਂ ਹੁਣ ਹੀ ਦੱਸਿਆ ਹੈ ਕਿ ਕ੍ਰਿਸ਼ਨ ਕੁਮਾਰ ਅਤੇ ਸੁਸ਼ੀਲ ਕੁਮਾਰ ਦੇ ਇਹਨਾਂ ਕੋਲ 6 FIR ਦਰਜ ਨੇ, ਸੰਗੀਨ FIR। ਸਾਡੇ ਕੋਲ ਸਾਹਮਣੇ ਅਜੇ ਫਿਲਹਾਲ 2 ਬੰਦੇ ਨੇ, ਪਰ ਸਾਨੂੰ ਉਮੀਦ ਹੈਗੀ ਹੈ ਕਿ ਇਹ ਲਾਰਜ ਸਕੇਲ 'ਤੇ ਕੰਮ ਕਰ ਸਕਦੇ ਨੇ, ਅਤੇ ਦੌਰਾਨੇ ਤਫਤੀਸ਼ ਅਸੀਂ ਇਹਦੇ ਬਾਰੇ ਹੋ ਕੇ ਇਨਵੈਸਟੀਗੇਸ਼ਨ ਕਰਾਂਗੇ। ਕੁਛ ਹੋਰ